ਕਮਾਦਾਂ ਦੇ ਰੇਟ ਬਾਰੇ ਕਿਹਾ, ਮਿੱਲਾਂ ਚਲਾਉਣ ਬਾਰੇ ਕਿਹਾ, ਸਾਡੀ ਇਹਨਾਂ ਇੱਕ ਨਹੀਂ ਸੁਣੀ। ਇਸ ਕਰਕੇ ਅਸੀਂ ਧਰਨਾ ਲਾ ਕੇ ਖੁਸ਼ ਨਹੀਂ ਸੀ, ਸਾਨੂੰ ਮਜਬੂਰ ਕੀਤਾ ਗਿਆ। ਇਹ ਸੋਚਦੇ ਆ ਵੀ ਖੁਰੇ ਸਾਨੂੰ ਵੋਟਾਂ ਪਈਆਂ, ਤੁਹਾਨੂੰ ਵੋਟਾਂ ਨਹੀਂ ਪਈਆਂ। ਉਹਦਾ ਮਾਲਕ ਦਾ ਸ਼ੁਕਰ ਕਰੋ, ਉਹਦਾ ਕੋਈ ਸ਼ੁਕਰਾਨਾ ਕਰਿਆ ਕਰੋ ਕਿ ਤੁਹਾਨੂੰ ਮਹਾਰਾਜ ਨੇ ਮਤਲਬ ਕਿਸਾਨਾਂ ਨੇ ਵੋਟਾਂ ਪਾ ਕੇ ਤੇ ਤੁਹਾਨੂੰ 92 ਤੁਹਾਡੇ ਬਣਾ ਦਿੱਤੇ ਆ, ਤੇ ਤੂੰ ਤੇ 900 ਬੰਦਾ ਲਈ ਫਿਰਦਾ। ਕਹਿੰਦਾ ਹੁੰਦਾ ਸੀ ਨਹੀਂ ਲੋੜ, ਇਹਨਾਂ ਦੀ ਮੁਲਾਜ਼ਮਾਂ ਦੀ ਕੀ ਲੋੜ ਵਾ, ਮੁਲਾਜ਼ਮਾਂ ਦੀ ਲੋੜ ਹੀ ਨਹੀਂ, ਸੱਥਾਂ ਦੇ ਵਿੱਚੋਂ ਸਰਕਾਰਾਂ ਚੱਲਣਗੀਆਂ। ਉਹ ਸੱਥ ਚ ਆ ਕੇ ਵੇਖੋ ਤੇ ਸਹੀ, ਇਹ ਤਾਂ ਡਾਂਗ ਫੇਰਦੇ ਆ। ਇਹਨੂੰ ਤੇ ਭੁੱਲ ਗਿਆ ਸਭ ਕੁਛ ਵੀ ਮੈਂ ਵੀ ਧਰਨੇ ਲਾਉਣਾ ਹੁੰਦਾ ਸੀ। ਇਹ ਤੇ ਜਿਹੜਾ ਬੰਦਾ ਇੱਕ ਝੂਠ ਬੋਲਦਾ ਵਾ, ਤੁਸੀਂ ਉਹਦੇ ਨਾਲ ਕਿੱਦਾਂ ਤੁਸੀਂ ਕਰ ਲਓਗੇ? ਇਹ ਕਹਿ ਦੂਗਾ ਆ ਜਾਓ, ਉੱਥੇ ਆਉਣ ਨਹੀਂ ਦੇਣਾ, ਅਸੀਂ ਸਵੇਰੇ ਚੱਲ ਜਾਂਦੇ ਹਾਂ, ਸੱਦੇ ਨੇ ਸਹੀ ਕੁੱਕ ਦੇ। ਜਲੰਧਰ ਦੇ ਵਿੱਚ ਕਿਸਾਨੀ ਮੋਰਚੇ ਨੂੰ ਲੱਗੇ ਹੋਏ ਅੱਜ ਤੀਸਰਾ ਦਿਨ ਹੈ। ਗੰਨੇ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਤੀਸਰੇ ਦਿਨ ਵੀ ਡਟੇ ਹੋਏ ਨੇ। ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਕੱਲ੍ਹ ਇੱਕ ਟਵੀਟ ਕੀਤਾ ਗਿਆ, ਜਿਸ ਦੇ ਵਿੱਚ ਭਗਵੰਤ ਸਿੰਘ ਮਾਨ ਨੇ ਸਿੱਧਾ ਲਿਖਿਆ ਕਿ ਕਿਸਾਨੋਂ ਤੁਹਾਨੂੰ ਇੱਕ ਦਿਨ ਅਜਿਹਾ ਵੀ ਆਉਣਾ ਜਿਸ ਦਿਨ ਤੁਹਾਡੇ ਕੋਲ ਬੈਠਣ ਦੇ ਲਈ ਕੋਈ ਬੰਦਾ ਨਹੀਂ ਹੋਵੇਗਾ ਧਰਨਿਆਂ 'ਤੇ। ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ। ਅੱਜ ਸਵੇਰੇ 12 ਵਜੇ ਜਿਹੜਾ ਹੈ ਉਹ ਰੇਲਵੇ ਫਾਟਕਾਂ ਨੂੰ ਵੀ ਕਿਸਾਨਾਂ ਵੱਲੋਂ ਜਾਮ ਕਰ ਦਿੱਤਾ ਗਿਆ। ਕਿਸਾਨਾਂ ਕੋਲ ਸਾਡੇ ਨਾਲ ਨੇ, ਗੱਲਬਾਤ ਅਸੀਂ ਕਰਾਂਗੇ ਕਿਉਂਕਿ ਅੱਜ ਤੀਸਰਾ ਦਿਨ ਹੈ। ਤੀਸਰੇ ਦਿਨ ਵੀ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਦਾ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਲਿਆ ਗਿਆ ਤੇ ਨਾ ਹੀ ਹਜੇ ਤੱਕ ਕੋਈ ਮੀਟਿੰਗ ਕੀਤੀ ਗਈ। ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਟਵੀਟ ਕੀਤਾ, ਪਹਿਲਾਂ ਤਾਂ ਅਸੀਂ ਉੱਥੇ ਗੱਲ ਕਰਾਂਗੇ। ਟਵੀਟ ਨੂੰ ਕਿਵੇਂ ਦੇਖਦੇ ਹੋ? ਜਿਸ ਦੇ ਵਿੱਚ ਪਹਿਲਾਂ ਲਿਖਦੇ ਨੇ ਕਿ ਜੇਕਰ ਧਰਨਾ ਲਾਉਣਾ ਹੀ ਹੈ ਤਾਂ ਸਾਡੇ ਘਰ ਦੇ ਬਾਹਰ ਲਾਓ, ਦਫ਼ਤਰਾਂ ਦੇ ਬਾਹਰ ਲਾਓ, ਮੰਤਰੀਆਂ ਦੇ, ਪ੍ਰਸ਼ਾਸਨ ਦੇ, ਸੜਕਾਂ ਦੇ ਉੱਤੇ ਕਦੋਂ ਬੈਠੇ ਹੋ, ਲੋਕਾਂ ਨੂੰ ਕਦੋਂ ਤੰਗ ਕਰ ਰਹੇ ਹੋ? ਉਸ ਤੋਂ ਬਾਅਦ ਇੱਕ ਹੋਰ ਗੱਲ ਭਗਵੰਤ ਸਿੰਘ ਮਾਨ ਹੋਰਾਂ ਦੇ ਟਵੀਟ ਦੇ ਵਿੱਚ ਹੈ ਕਿ ਇੱਕ ਦਿਨ ਅਜਿਹਾ ਵੀ ਆਵੇਗਾ ਕਿ ਸਾਨੂੰ ਜਿਸ ਦਿਨ ਤੁਹਾਡੇ ਨਾਲ ਬੰਦੇ ਬੈਠਣ ਨੂੰ ਨਹੀਂ ਹੋਣਗੇ ਧਰਨੇ ਦੇ ਵਿੱਚ। ਕਿਵੇਂ ਦੇਖਦੇ ਹੋ ਉਸ ਟਵੀਟ ਨੂੰ? ਵੇਖੋ ਜੀ, ਅਸੀਂ ਧਰਨਾ ਲਾਇਆ ਨਹੀਂ, ਸਾਨੂੰ ਧਰਨਾ ਲਵਾਇਆ ਗਿਆ। ਸਾਡੇ ਭੈਣ ਭਰਾ ਵਾ, ਪਬਲਿਕ ਸਾਡੀ ਆ, ਅਸੀਂ ਨਹੀਂ ਚਾਹੁੰਦੇ ਕਿ ਖਰਾਬ ਹੋਣ। 3 ਮਹੀਨੇ ਹੋ ਗਏ ਆ ਕਿਸਾਨਾਂ ਨੂੰ, 3 ਮਹੀਨੇ ਹੋ ਗਏ ਇਹਨਾਂ ਦੇ ਮਗਰ ਮਗਰ ਫਿਰਦੇ ਆ। ਲੋਕਾਂ ਦੇ ਝੋਨੇ ਮਾਰੇ ਗਏ, ਕਮਾਦ ਮਾਰੇ ਗਏ, ਘਰ ਢਹਿ ਗਏ, ਮੱਝਾਂ ਮਰ ਗਈਆਂ, ਗਾਵਾਂ ਮਰ ਗਈਆਂ, ਆਦਮੀਆਂ ਦਾ ਨੁਕਸਾਨ ਹੋ ਗਿਆ। ਕਮਾਦਾਂ ਦੇ ਰੇਟ ਬਾਰੇ ਕਿਹਾ, ਮਿੱਲਾਂ ਚਲਾਉਣ ਬਾਰੇ ਕਿਹਾ, ਸਾਡੀ ਇਹਨਾਂ ਇੱਕ ਨਹੀਂ ਸੁਣੀ। 3 ਮਹੀਨੇ ਹੋ ਗਏ ਇਹਨਾਂ ਦੇ ਮਗਰ ਫਿਰਦਿਆਂ, ਅਖੀਰ ਅੱਕ ਕੇ ਸਾਨੂੰ ਆ ਸਟੈਪ ਚੁੱਕਣਾ ਪਿਆ। ਇਸ ਕਰਕੇ ਅਸੀਂ ਧਰਨਾ ਲਾ ਕੇ ਖੁਸ਼ ਨਹੀਂ ਸੀ, ਸਾਨੂੰ ਮਜਬੂਰ ਕੀਤਾ ਗਿਆ। ਹਾਂਜੀ, ਕੀ ਲੱਗਦਾ ਹੈ ਟਵੀਟ ਜੋ ਆਇਆ ਹੈ, ਟਵੀਟ ਤੋਂ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਕੱਲ ਤਾਂ ਬੜਾ ਸਾਨੂੰ ਨਾ ਤੇ ਟਵੀਟ ਕਰਨੇ ਆਉਂਦੇ ਆ ਤੇ ਨਾ ਅਸੀਂ ਕਰਦੇ ਆ, ਗੱਲ ਜਿਹੜੀ ਆ ਬਹਿ ਕੇ ਹੋਣੀ ਆ, ਟਵੀਟਾਂ ਟਵਾਟਾਂ ਵਾਲੀ ਤੇ ਗੱਲ ਹੈ ਨਹੀਂ। ਬਾਕੀ ਜਿਹੜਾ ਬੰਦਾ ਝੂਠ ਬੋਲਦਾ ਵਾ, ਝੂਠ ਬੋਲਦਾ, ਉਹਦੇ ਨਾਲ ਕਾਹਦਾ ਟਵੀਟ ਕਰਨਾ? ਕਿਉਂਕਿ ਝੂਠ ਇੰਨਾ ਵਾ ਵੀ ਇਹ ਬੈਠ ਕੇ ਬੇੜੀ ਦੇ ਵਿੱਚ ਤੇ ਭੇਂ ਕੇ ਆਪਣੇ ਪਹੁੰਚੇ ਤੇ ਕਹਿੰਦਾ ਸੀ ਵੀ ਜੇ ਕਿਸੇ ਦੀ ਕੁਕੜੀ ਮਰ ਗਈ ਉਹਨੂੰ ਮੁਆਵਜ਼ਾ ਮਿਲੂਗਾ, ਬੱਕਰੀ ਮਰ ਗਈ ਉਹਨੂੰ ਮਿਲੂਗਾ। ਕਿਸੇ ਨੂੰ ਇੱਕ ਕੱਚੀ ਕੌਡੀ ਨਹੀਂ ਮਿਲੀ, 1 ਰੁਪਈਆ ਨਹੀਂ ਮਿਲਿਆ। ਕੁਝ ਘਰਾਂ ਨੂੰ ਜਿਹੜਾ ਸੈਂਟਰ ਗੌਰਮੈਂਟ ਨੇ 6800 ਰੁਪਈਆ ਦਿੱਤਾ ਉਹ ਮਿਲਿਆ। 3 ਦਿਨ ਅਸੀਂ ਕਟਾਰੂ ਚੱਕ ਉੱਥੇ ਧਰਨਾ ਲਾਇਆ ਸੀ, ਉੱਥੇ ਵੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਦਿੰਦੇ ਜੇ ਸਾਨੂੰ, ਤੁਹਾਡੀ ਸਰਕਾਰ ਕੀ ਦਿੰਦੀ ਆ? ਤੇ ਪਹਿਲਾਂ ਦੱਸਦਾ ਨਹੀਂ, ਮੁੜ ਕੇ ਹੌਲੀ ਨਾਲ ਕਹਿੰਦਾ 15000 ਕਰ ਦਾਂਗੇ, ਕਿਸੇ ਨੂੰ 1 ਪੈਸਾ ਨਹੀਂ ਮਿਲਿਆ। ਇਹ ਕਰਕੇ ਇਹ ਝੂਠਿਆਂ ਦੀ ਸਰਕਾਰ ਵਾ, ਕੀ ਕਹੀਏ? ਸਾਨੂੰ ਬਿਲਕੁਲ ਝੂਠ ਬੋਲ ਬੋਲ ਕੇ ਟਾਈਮ ਟਪਾਉਣ ਡੇ ਆ, ਸਾਨੂੰ ਕੁਝ ਨਹੀਂ ਦਿੱਤਾ ਇਹਨਾਂ। ਮਾਨ ਸਰਕਾਰ ਨੂੰ ਵੀ ਤਾਂ ਕਿਸਾਨਾਂ ਨੇ ਉੱਤੇ ਚਾੜਿਆ ਹੈ, ਜਦੋਂ ਦਿੱਲੀ ਦੇ ਵਿੱਚ ਧਰਨਾ ਲੱਗਿਆ ਉਸ ਤੋਂ ਬਾਅਦ ਇੱਕ ਆਵਾਜ਼ ਉੱਠੀ ਕਿ ਬਦਲਾਅ ਲਿਆਉਣਾ ਹੈ, ਕਿ ਪੰਜਾਬ ਦੇ ਵਿੱਚ ਬਦਲਾਅ ਲਿਆਂਦਾ, ਬਦਲਾਅ ਚੰਗਾ ਹੈ ਤੁਹਾਡੇ? ਵੇਖੋ ਜੀ, ਮਤਲਬ ਲੋਕੀ ਮਤਲਬ ਇਹੋ ਰੌਲਾ ਪੈਂਦਾ ਸੀ ਵੀ ਕਾਂਗਰਸੀਏ ਵੀ ਮਾੜੇ, ਅਕਾਲੀਏ ਵੀ ਮਾੜੇ, 5 ਸਾਲ ਉਹ ਬਣ ਜਾਂਦੇ ਸੀ, 5 ਸਾਲ ਉਹ ਬਣ ਜਾਂਦੇ ਸੀ, ਜਾਂ 10 ਸਾਲ ਬਣ ਜਾਂਦਾ ਸੀ। ਲੋਕੀ ਸਤਾਏ ਸੀ, ਲੋਕਾਂ ਨੇ ਸਤਾਇਆ ਹੋਇਆ ਨੇ, ਇਹ ਨਹੀਂ ਵੇਖਿਆ ਕਿ ਖਲੋਤਾ ਕੌਣ ਵਾ। ਲੋਕਾਂ ਨੇ ਕੀ ਕੀਤਾ ਵੀ ਧੜਾ ਧੜ ਵੋਟਾਂ ਪਾ ਦਿੱਤੀਆਂ, ਪਰ ਇਹ ਸੋਚਦੇ ਆ ਵੀ ਖੁਰੇ ਸਾਨੂੰ ਵੋਟਾਂ ਪਈਆਂ, ਤੁਹਾਨੂੰ ਵੋਟਾਂ ਨਹੀਂ ਪਈਆਂ। ਉਹਦਾ ਮਾਲਕ ਦਾ ਸ਼ੁਕਰ ਕਰੋ, ਉਹਦਾ ਕੋਈ ਸ਼ੁਕਰਾਨਾ ਕਰਿਆ ਕਰੋ ਕਿ ਤੁਹਾਨੂੰ ਮਹਾਰਾਜ ਨੇ ਮਤਲਬ ਕਿਸਾਨਾਂ ਨੇ ਵੋਟਾਂ ਪਾ ਕੇ ਤੇ ਤੁਹਾਨੂੰ 92 ਤੁਹਾਡੇ ਬਣਾ ਦਿੱਤੇ ਆ, ਪਰ ਤੁਸੀਂ ਕੌਡੀ ਮੁੱਲ ਨਹੀਂ ਪਾਇਆ। ਜੇ ਬਣਾਉਣੇ ਜਾਣਦੇ ਆ ਤੇ ਲਾਉਣੇ ਵੀ ਜਾਣਦੇ ਆ। ਉਹ ਦਿਨ ਦੂਰ ਨਹੀਂ ਜਿੱਦਣ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ, ਕਿਸੇ ਨੇ ਪੁੱਛਣਾ ਨਹੀਂ ਗਾ, ਉਹ ਦਿਨ ਦੂਰ ਨਹੀਂ ਗਾ। ਕਿਉਂਕਿ ਜਿਹੜੇ ਤੁਹਾਡੇ ਹਾਲਾਤ ਵਾ, ਜੇ ਹਿਸਾਬ ਨਾਲ ਤੁਸੀਂ ਚੱਲਣ ਡੇ, ਜਿੰਨੀਆਂ ਵੀ ਗੱਲਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ, ਧਰਨੇ ਲਾਉਂਦਾ ਸੀ ਤੇ ਕਹਿੰਦਾ ਸੀ ਧਰਨੇ ਨਹੀਂ ਲੱਗਣਗੇ, ਕੋਈ ਸੜਕਾਂ ਤੇ ਕਿਸਾਨ ਨਹੀਂ ਆਊਗਾ, ਕੋਈ ਮਾਸਟਰ ਕਿਸਾਨ ਨਹੀਂ ਆਊਗਾ,
कोई मतलब बिल्कुल नहीं, वो सारिया गल्ला झूठ हो, सारिया झूठ साबित हो, एक भी गल सची नहीं हुई। कहिंदा ही वो दिन मैं वेखने चाहना कि प्रधान प्रधान पंजाब का मुख्यमंत्री ग्रोसरी लैन लैन च जाए तो तू तो 900 बंदा ले फिरदा। कहिंदा हुंदा ही नहीं लोड़, इन्हां दी मुलाजमां दी की लोड़ वा, मुलाजमां दी लोड़ ही नहीं, सत्थां दे विचों सरकारां चलणगियां। वो सत्थ च आ के वेखो तो सही, वेखो तो सही तुहाडे 27 दुनिया तुहानूं की दिंदी आ, की कहिंदी आ। इह करके बिलकुल झूठ साबित होया, गल्ली बाती मीडिया च ही करी जांदे आ, नहीं तो कच्ची कौड़ी का कम नहीं किया इन्हां बिलकुल। कोई एक अज तक पिंडां दे विच ग्रांटां जिहड़ियां पहलियां ही चलण डियां वा, इन्हां 5 रुपये ग्रांट नहीं दित्ती ते करजा होर चढ़ाई जांदे आ। हुण अहीं गन्ने दे पैसे मंगे आ, गन्ने दे ही अपने पैसे लैने, कोई भीख मंगदे आ। गन्ने दे विचों बड़े बड़े महंगे प्रोडक्ट तैयार हुंदे आ, जिद्दां हुण शराब तैयार हुंदी आ, सीरा बणदा वा, फिर होर ये जिन्ने पैसे सानू दिंदे इन्ने दा ते इन्हां दा चूरा विक जांदा, कोई 4-5 रुपये दे चूरा विक जांदा इन्हां दा। इस करके एक डंगरां नूं इह वेचदे आ पिंडां च लिया के गंद मंद, 6-7 रुपये किलो तो विक जाता, सानू यह मिलने वाले की देन डे आ। इस करके साडे नाल धक्का होण डिया, साडे एरिए अजे तक इन्होंने मतलब गरदौरी नहीं की। कमाद नूं पहलों आंदे विभिन्नता चाहिए आ, जे विभिन्नता चाहिए आ तो अं कमाद बीजा, पानी घट लगे तो हूँ जे कमाद बीजे तो वह जे मारिया गया तो हूँ आते थोड़ा कमरसीयल वा, हूँ आते तुम ना बीजो। ये कोई गल करने वाली है, मतलब 4 सवेरे घूम जाना ये कोई गल नहीं। इतने जो अं धरना लाया सी, इतने जो धरना लाया सी उदों इहो मान सरकार जिहड़ा वा इह कहिंदा सी वी किसानां नूं मतलब 450 रुपया मिलना चाहिए, तो अज उहो ही मान सरकार वा हुण जबान ते आउण नहीं रही। इस करके साडे नाल धक्का हो रहा, यह अनमिथे समय लई लाया वा, जिन्ना चिर साडे हक च कोई फैसला नहीं हुंदा उन्ना चिर आपां नहीं उठांगे। कई लोग मैं देखिया, कई लोग जिहड़े लंघदे वड़दे ने उह कहिंदे ने कि किसानां नूं जेकर धरना लाउणा ते दफ्तरां दे बाहर जाके ला लैण, सानूं क्यों तंग कर रहे ने। दफ्तर केड़े करी जाइए, कोई जान ही नहीं दिंदा दफ्तर, दसो अं कि जाइए, दफ्तर से वड़ नहीं लेंदे। एक थां किसान मार दिता इन्हां, ये तो डांग फेरदे आ, इहनूं तां भुल गया सब कुछ भी मम्मी धरने लाउणा हुंदा सी। ये तो जिहड़ा बंदा एक झूठ बोलता वा, तुसीं उहदे नाल किद्दां तुसीं कर लोगे। ये कह दूगा आ जाओ उत्थे आउण नहीं देना, अं सवेरे चल जाने आ, सद्दे ने सही को किते कटारू चक दे, अं 3 दिन रहे उत्थे मीडिया कोई नहीं आया, 3 दिन उत्थे रहे कोई मीडिया ही नहीं आया, कोई गल ही नहीं सुनी साड़ी, 3 दिन बह के आ गए उत्थे सप्प लड़ाउण दा थां बुरा हाल जिथे अं बैठे रहे हैं। इस करके गल तो वह करे जिहड़ा बंदा जबान ते रवे, ते जिहड़ा जबान ही है नहीं वह गल की करिए। सानू दसो कदों इन्हां ने किसान आगू सद्दे आ, साडे नाल फैसला कीता 10 रुपये सेंटर गौरमेंट ने दिते आ सानू गन्ने दे, ते 10 ते उही ते थोड़े बहुते इह दिंदे ते गल किड्डी वड्डी। इह साडे नाल सरकारां धक्का कर रहीआं, इन्हां दी नीति खराब आ, नीयत खराब वा इन्हां दी, गल होर कोई नहीं। अहीं किसे भैण भरा नूं दुखी करके राजी नहीं, अहीं अहीं आ सवेर दा कहण डए वी आ फटक खोल दो, साडा फटक नाल कोई लैणा देणा नहीं। अहीं जा के 5 जणिआं ने कहा वी आ वी फटक खोलो, पब्लिक ना खराब होवे, पिंड वाला कोई खराब ना होवे, इह गौरमेंट आप नहीं खलाउण डई, इह गलत काम करा के साडे ते पत्थणा चाहुंदी आ। मतलब अहीं नहीं चाहुंदे कोई कोई भैण भरा खराब ना होवे, हर एक अपने घर नूं जावे, अहीं मजबूर होए आ, अहीं कोई वेले थोड़े आ, अहीं किसे ने पट्ठे पाउणे आ, किसे ने कणक बीजणी आ, किसे ने कारोबार करना, कोई वेला तां नहीं। इस करके सानूं तंग करन रहे आ। की लगदा है जिवें बदलाव आया, जिवें सारा कुछ होया, बदलाव आया सारा कुछ होया, ते लगदा नहीं है कि पुरानियां सरकारां इन्हां नालों चंगीआं ने। गल इह आ वी सरकारां ते इन्हां नूं 20 दर्जे चंगीआं, जदों ही अकाली सरकार 2000 नूं रेत ही ते दुनिया हाय हाय करदी ही, हाए लुटे गए हाए मारे गए। कांग्रेस आई 3000 नूं हो गई, हाए लुटे गए हाए मारे गए। हुण इह आ गई आम सरकार, ते इह पिछे जे इदां दे दिन रहे भी 8000 नूं हो गई। टिप्परां जिन्हां ने टिप्पर लए आ 75-75 हज़ार किश्त ही, उन्हां दे टिप्पर रुक गए, ड्राइवरां नूं तनखावां नहीं दित्तियां गईआं, मिस्त्री घर बह गए क्योंकि रेत हुण, लेबर घर बह गई, भुखमारी पै गई, ते हुण वी 6000 नूं रेत वा। जा के पता कर लो इन्हां दी सरकार बदला कदा आया, बदलाए ते ढिड भरन डए अपने, बदला कदा वा। जिहड़ी चुटकियां वजाउंदी सी इदां बीबी, इदां चुटकियां वजाउंदी सी, हुणे छड्डो अस्तीफा दो ते अहीं तुहानूं MSP देवांगे, की देण डई आ, बिलकुल जबान तों मुकर गया। बदल क्या कि झोने नूं लाणा छड्ड दो, गन्ने बीजो, पर गन्ने दा जदों रेट लैण आउंदे हो या फिर
गन्ने के रेटा कहने तो सरकार इदा मूँह दिखाई है कि लगता है कि बदल करना चाहिए है हूँ। वेखो जी जेडे जिमीदार वा जिमीदार तो अपनी जान की बाजी ला के हर फसल देने तैयार आ पर इन्हों कुछ दे सही मतलब अही कणक झोना जेरा झोना भी पैदा करते हैं कमाद भी पैदा करते हैं जे सानू सही रेट मिले तो अं कमाद होर वध पैदा कर सकते हैं सानू झोने हट सकते हैं अं पर देवे तो सही कुछ देंदे नहीं कुछ भी लगता है कि यह धरना कदों खत्म होगा खत्म मिथे समय ली आ हुण जिन्ना चिर कोई फैसला नहीं हुंदा ये बत्ती जथेबंदियां दे सहमति नाल सलाह ना ये लगा वा जिन्ना चिर कोई फैसला नहीं हुंदा उन्ना चिर नहीं जे ना होया इत्थे काम रुकिया तां फिर वधावांगे काम नूं लगदा है फैसला आवेगा क्योंकि जो रिएक्शन भगवंत सिंह मान होरा दा है जिवें ट्वीट दे विच दित्ता है लगदा कोई मीटिंग हो रही होवेगी या फिर कोई आवेगा फैसला हुण पता फैसला की आ 1 लख पूत 1.25 लख नाती तै रावण कर दिया ना बाती 1 लख पुत ही ते 1.25 लख पुत्रा ही ते उहदा महाराज ने माण तोड़ दिता इत्थे कोई दीवा वट्टी नहीं जगदा ते इह किहदा पाणी हारा इहदे ते 2 बच्चे आ इह माण नहीं करना किसे दा इह करके इह लिखणा ही पैणा मोदी ने इन्ना जोर लाया ही ते अखीर उसे मूँह ना मोड़े कि नहीं इह करके इहनूं भी टिकाणे आउणा पैणा वा मैं ते इहो बेनती करूँगा भी रब नूं ना भुल परमात्मा ना ना भुल जे संगत ने तैनू बनाया वा संगत ने तैनू कुछ देण वाला बनाया तो उहदा शुकराना कर किसान जट अद्धा साध वा जट सारी दिहाड़ी एक बार वाहिगुरु कहदे आ ते इहदा प्रमाण वा क्योंकि कीड़ी तो लैके हाथी तक इहनू खांदा वा इह करके जिन्हें जटा ना कहना जिमीदारा ना कहना उहदा कख नहीं देना क्योंकि सारे संसार का ढिड भरदा कई वार सरसरी दिहाड़ी रोटी तो आप भुखा रह जांदा काम दे विच टाइम नहीं लगता रोटी खाण दा ते शामां नूं खाऊगा पर इह आ भी जिहड़ा इहदा भी माड़ा सोचदा वा उहदा फिर महाराज ते वेंदा ही उत्ते उहदा किहड़े जुग भला होणा। हांजी भाई जी भी नहीं गलबात असीं इहनां दे नाल भी करांगे भाई किवें देखदे हो की लगदा है कि इक कोई गल तुसीं दस दो की लगदा है कि धरना जल्दी खत्म होवेगा या फिर जिवें दिल्ली चलिया सी उहदे ही चलेगा जे सरकार मंगा मंग लूगी मन लू साडियां फिर जल्दी खत्म हो जाऊ नहीं ते चलदा ही रहूगा। ठीक है तां किसान वीर ने जिन्हां दे नाल गलबात कीती है रिएक्शन भगवंत सिंह मान होरा दा जदों कल आया तो उस ते वो बाद किसानां दे विच काफ़ी रोष देखण नूं मिलिया हालांकि ये रेलवे फाटक नूं कल जाम करना सीगा पर किते ना किते एक्स के एम वालों एक कॉल दिती गई कि इसनूं होल्ड कर दो कि पता शाम नूं भगवंत सिंह मान होरा दी मीटिंग दे विच कोई ना कोई वधिया फैसला आ जावे पर किते वी कोई वधिया फैसला नहीं आया जिस तों बाद किसानां ने सवेरे 12 बजे जिहड़ा है वह ये रेलवे फाटक नूं जाम कर दिता। एक गल खास ये जरूर जान लो क्योंकि जिस हाईवे दे उत्ते किसान बैठे ने वो हाईवे अमृतसर लुधियाना दा मेन हाईवे है तो इस हाईवे दे उत्ते वो एक दिन दे विच 4,312 तो भी ज़्यादा गड्डियां जिहड़ियां ने वह लंघदियां ने ते 48 करोड़ का नुकसान जिहड़ा है वो एक दिन दे विच हुंदा है ते हुण किसान जिस रेलवे फाटक दे उत्ते बैठे हुए ने ये फाटक अमृतसर तो दिल्ली वल नूं जांदा है तो पूरी दिल्ली वल दा जिहड़ा राह है वो ब्लॉक होया है क्योंकि एक दिन दे विच इस रेलवे फाटक तो 40 तो 45 गड्डियां जिहड़ियां ने गुजरदियां ने एक फेरा लगाउंदियां ने दोबारा इसी फेरे तो जिहड़ा है वापस आउंदियां ने तो किते ना किते कई करोड़ों का नुकसान एक दिन दे विच सरकार दा हुंदा होया नज़र आ रहा है पर सरकार किसी भी तरीके का फैसला लैण नूं किसानां दे हक दे विच तैयार नहीं है। हुण देखना यह होवेगा कि यह धरना कदों खत्म हुंदा है कदों सरकार किसान की गल्लां मनदी है। कैमरा पर्सन पंकज दे नाल राजू गुप्ता रेड बॉक्स टीवी।